ਸਸਕਲ ਦੋਸਤੋ ਮੈਂ ਅਸਿਕਵਿੰਦਰ ਬੈਣਗ ਤੇ ਜਿਵੇਂ ਤੁਸੀਂ ਦੇਖ ਰਹੇ ਮੇਰੇ ਪਿੱਛੇ ਆ ਗਰਾਊਂਡ ਤਕਰੀਬਨ 15-20 ਸਾਲ ਹੋ ਚੁੱਕੇ ਨੇ ਇਸ ਪਿੰਡ ਦੇ ਵਿੱਚ ਟੂਰਨਾਮੈਂਟ ਹੋਏ ਨੂੰ ਬਹੁਤ ਅਜਿਹੇ ਪਿੰਡ ਨੇ ਜਿੱਥੇ ਟੂਰਨਾਮੈਂਟ ਜਿਹੜੇ ਕਬੱਡੀ ਦੇ ਬੰਦ ਹੋ ਚੁੱਕੇ ਆ ਪਰ ਕਿਤੇ ਨਾ ਕਿਤੇ ਐਨਆਰਆ ਜਿਹੜੇ ਭਰਾ ਸਾਡੇ ਉਹ ਵਿਦੇਸ਼ਾਂ ਤੋਂ ਵਾਪਸ ਆ ਕੇ ਟੂਰਨਾਮੈਂਟ ਕਰਾਉਂਦੇ ਆ ਜਿਹੜੀ ਮੌਜੂਦਾ ਪਿੰਡ ਦੀਆਂ ਕਮੇਟੀਆਂ ਕੁਝ ਟਾਮੀਆਂ ਟਾਮੀਆਂ ਹੀ ਆ ਜਿਹੜੀਆਂ ਆਪਣੇ ਐਨਆਰਆ ਵੀਰਾਂ ਜਾਂ ਫਿਰ ਪਿੰਡ ਵਿੱਚੋਂ ਪੈਸੇ ਇਕੱਠੇ ਕਰਕੇ ਤੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਟੂਰਨਾਮੈਂਟ ਕਰਾਉਂਦੀਆਂ ਪਰ ਅੱਜ ਕੱਲ ਖਾਸ ਕਰਕੇ ਦੇਖਿਆ ਜਾਂਦਾ ਦੁਆਬੇ ਦੇ ਵਿੱਚ ਕਿ ਬਹੁਤ ਅਜਿਹੇ ਪਿੰਡ ਨੇ ਜਿੱਥੇ ਟੂਰਨਾਮੈਂਟ ਬੰਦ ਹੋ ਚੁੱਕੇ ਆ ਕਿਸੇ ਨੂੰ 15 ਸਾਲ ਹੋ ਗਿਆ ਬੰਦ ਹੋ ਵੀ ਨਹੀਂ ਕਿਸੇ ਨੂੰ 10 ਸਾਲ ਹੋ ਗਿਆ ਪਰ ਕਿਤੇ ਨਾ ਕਿਤੇ ਦੁਬਾਰਾ ਫੇਰ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਜਿਹੜੇ ਪੁਰਾਣੇ ਕਬੱਡੀ ਜਿਹੜੇ ਮਹਾਰਾਸ਼ਟਰੀ ਖੇਡ ਚੁੱਕੇ ਵਿਦੇਸ਼ਾਂ ਵਿੱਚ ਵਸੇ ਹੋਏ ਸੀ ਉਹਨਾਂ ਨੇ ਫੇਰ ਆਪਣੇ ਪਿੰਡਾਂ ਵਿੱਚ ਭਰਤ ਕੇ ਇਸ ਰੀਤ ਨੂੰ ਦੁਬਾਰਾ ਸ਼ੁਰੂ ਕੀਤਾ ਇਹਨਾਂ ਖੇਡਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਆ ਇਸੇ ਤਰ੍ਹਾਂ ਅੱਜ ਅਸੀਂ ਪਹੁੰਚੇ ਆ ਪਿੰਡ ਕੰਗਰਾਈਆਂ ਵੇਖੇ ਜਿੱਥੇ ਕਿ ਦੁਬਾਰਾ ਮੁੜ ਤੋਂ ਕਬੱਡੀ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜਿਹੜਾ ਇੱਥੇ ਟੂਰਨਾਮੈਂਟ ਹੋਣ ਜਾ ਰਿਹਾ ਕਿੰਨੇ ਸਾਲਾਂ ਬਾਅਦ ਦੁਬਾਰਾ ਹੋਣ ਲੱਗਾ ਇਹ ਨੂੰ ਜੀ ਦੇਖ ਲਓ 2005 ਵਿੱਚ ਹੋਇਆ ਸੀ ਇੱਕ ਉਸ ਤੋਂ ਬਾਅਦ 15-20 ਸਾਲ ਹੋ ਗਏ ਆ ਕੀ ਕਾਰਨ ਆ ਜੀ ਜਿਹੜੇ ਇੰਨੇ ਲੰਬੇ ਸਮੇਂ ਤੱਕ ਟੂਰਨਾਮੈਂਟ ਨਹੀਂ ਹੋਇਆ ਇੱਥੇ ਐਕਿਉਲੀ ਨਾ ਪਿੰਡ ਦੇ ਵਿੱਚ ਜਿੱਦਾਂ ਕਲੱਬਾਂ ਦੇ ਵੱਡੇ ਟੂਰਨਾਮੈਂਟ ਹੁੰਦੇ ਆ ਲਾਗੇ-ਚਾਗੇ ਸਾਡੇ ਹਾਂਜੀ ਇਸ ਕਰਕੇ ਉਹ ਜਿਹੜੇ ਬੱਚੇ ਸੀਗੇ ਉਹਨਾਂ ਦਾ ਇਨਕਾਰਜ ਨਹੀਂ ਕੀਤਾ ਉਹਨਾਂ ਨੂੰ ਤੋੜਿਆ ਨਹੀਂ ਕਿਸੇ ਨੇ ਹਾਂਜੀ ਤੇ ਮੇਰੇ ਪਿੰਡ ਵਾਲਿਆਂ ਨੇ ਵੀ ਨਹੀਂ ਤੋਰਿਆ ਬਟਿਆਣਿਆਂ ਨੂੰ ਇੱਥੇ ਖੜਾਈਏ ਇਹ ਤਾਂ ਅਸੀਂ ਬੈਠੇ ਸੀ ਤੇ ਟੂ ਇਹ ਸਟੇਡੀਅਮ ਪਹਿਲਾਂ ਬਣਿਆ ਸੀ ਤੇ ਸੀ ਪਰਿਵਾਰ ਨੇ ਬਣਾਇਆ ਸੀ ਇਹ ਟੁੱਟ ਗਿਆ ਸੀ ਠੀਕ ਹੈ ਜੀ ਤੋਂ ਜਾਂ ਪੰਜ ਤੋਂ ਆ ਹੁਣ 2023 ਵਿੱਚ ਅ ਸਰਦਾਰ ਨਾਨਕ ਸਿੰਘ ਜੂਤਲਾ ਜੀ ਖੜੇ ਆ ਮੇਰੇ ਕੋਲ ਠੀਕ ਹੈ ਜੀ ਇਹਨਾਂ ਨੇ ਪ੍ਰਾਰਲਾ ਕੀਤਾ ਇਹਨਾਂ ਨੇ ਇੱਥੇ ਸਾਰਾ ਆਪਣੇ ਪੈਸੇ ਖਰਚੇ ਤੇ ਇਹਨੂੰ ਸਟੇਡੀਅਮ ਨੂੰ ਬਣਾਤਾ ਤੇ ਨਾਲ ਇਹ ਕਿਹਾ ਵੀ ਆਪਾਂ ਹੁਣ ਬਣਾਇਆ ਆ ਇਹਦਾ ਅਧਿਕਾਰਤਨ ਕਰਕੇ ਦੁਆਰਾ ਸ਼ੁਰੂ ਕਰੀਏ ਟੂਰਨਾਮੈਂਟ ਹੋਵੇ ਠੀਕ ਹੈ ਜੀ ਤੇ ਇਹਦੇ ਲਈ ਸਾਡੇ ਪਿੰਡ ਚੀਤ ਕਰਤਾਰ ਸਿੰਘ ਸਰਾਬਾ ਸਟੇਡੀਅਮ ਕਮੇਟੀ ਬਣੀ ਆ ਇਹਨਾਂ ਮੁੰਡਿਆਂ ਨੇ ਇਕੱਠੇ ਹੋ ਕੇ ਇਹ ਸਾਨੂੰ ਮਤਲਬ ਕਿਆ ਵੀ ਕਰਾਓ ਕੋਈ ਗੱਲ ਨਹੀਂ ਤੇ ਅਸੀਂ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਕੋਈ ਇੰਗਲੈਂਡ ਕੈਨੇਡਾ ਅਮਰੀਕਾ ਜਿੱਥੇ ਵੀ ਆ ਉਹਨਾਂ ਨੇ ਸਾਥ ਦਿੱਤਾ ਤੇ ਉਹਦੇ ਲਈ ਅਸੀਂ ਤੁਹਾਡੇ ਨਾਲ ਦੁਆਬਾ ਲੀਗ ਕਿਹੜੀ ਤੁਹਾਡੀ ਟੀਮ ਆ ਦੁਆਬਾ ਦੁਆਬਾ ਪਿੰਡੂ ਲੀਗ ਨਾਲ ਸੰਬੰਧ ਕੀਤਾ ਤੁਸੀਂ ਕਿਹਾ ਵੀ ਟੀਮਾਂ ਅਸੀਂ ਲੈ ਕੇ ਆਵਾਂਗੇ ਤੇ ਉਹਦੇ ਲਈ ਅਸੀਂ ਬੜੇ ਖੁਸ਼ ਹਾਂ ਤੁਹਾਡੇ ਵੀ ਧੰਨਵਾਦੀ ਆ ਕਿ ਤੂੰ ਹੀ ਸਾਨੂੰ ਤੁਹਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਵੀ ਟੂਰਨਾਮੈਂਟ ਕਰਾਉਣਾ ਕਿੱਦਾਂ ਅਸੀਂ ਤਾਂ ਪੁਰਾਣੀ ਨੀਤੀ ਤੇ ਬੈਠੇ ਸੀ ਕਿ ਪਿੰਡਾਂ 'ਚੋਂ ਐਂਟਰੀ ਹੋਣੀ ਆ ਤੇ ਟੂਰਨਾਮੈਂਟ ਹੋ ਜਾਣਾ ਉਹ ਹੁਣ ਹੈ ਨਹੀਂਗਾ ਤੁਹਾਡਾ ਕੀ ਜਣੀ ਮੰਗ ਸੀਗੀ ਕਿ ਆਪਣੇ ਜਿਹੜੇ ਅੱਜ ਕੱਲ ਦੇ ਵੱਡੇ ਸਟਾਰ ਉਹ ਖੇਡਣ ਜਾਂ ਫਿਰ ਨਵੇਂ ਮੁੰਡਿਆਂ ਨੂੰ ਮੌਕਾ ਮਿਲਦਾ ਉਹ ਟੀਮਾਂ ਨੂੰ ਕਰੋ ਨਹੀਂ ਅਸੀਂ ਚਾਹੁੰਦੇ ਸੀ ਵੀ ਵੱਡੇ ਤਾਂ ਖੇਡਦੇ ਹੀ ਆ ਸਾਡੇ ਅਮਰੀਕਾ 'ਚ ਵੀ ਗਏ ਅਸੀਂ ਚਾਹੁੰਦੇ ਵੀ ਨਿੱਕੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਕਿੱਦਾਂ ਉੱਪਰ ਲੈ ਕੇ ਜਾਵਾਂਗੇ ਇਸ ਕਰਕੇ ਹੀ ਚਾਹੁੰਦੇ ਸੀ ਵੀ ਛੋਟੇ ਬੱਚਿਆਂ ਤੋਂ ਸ਼ੁਰੂ ਕਰਾਇਆ ਜਾਵੇ ਪਿੰਡ ਪਿੰਡ ਹੋਵੇ ਮੁੜ ਕੇ ਹੀ ਵੱਡੇ ਹੋ ਕੇ ਵੱਡੇ ਸਟਾਰ ਬਣਨਾ ਇਹਨਾਂ ਨੇ ਇਹ ਤੇ ਆਪਾਂ ਨਾ ਨੀ ਲੈnde ਕੇ ਇਹਦਾ ਵੀ ਵੱਡੇ ਸਟਾਰ ਬਣ ਲਈ ਬਣਦੇ ਤੇ ਇਹਨਾਂ ਚੋਂ ਹੀ ਇਹਨਾਂ ਚੋਂ ਹੀ ਬਣਨੇ ਆ ਜਿਹਨੂੰ ਮੌਕਾ ਦਵਾਂਗੇ ਆਪਾਂ ਤਾਂ ਹੀ ਕਿਉਂਕਿ ਜਗਹ ਲਾ ਕੀ ਮੌਕੇ ਦੀ ਜਿਹੜੀ ਆਮ ਟੂਰਨਾਮੈਂਟ ਹੁੰਦੇ ਆ ਉਥੇ ਆਲ ਓਪਨ ਖੇਡਦੇ ਆ ਜਾਂ ਪੈਂਡ ਪੱਤਰ ਖੇਡਦੇ ਆ ਤਾਂ ਜਿਹੜੇ ਨਵੇਂ ਬੱਚੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਜਾਂ ਜੇ ਆਲ ਓਪਨ 8 ਸਦੀਆਂ ਹੋਣਗੀਆਂ ਤਾਂ ਉਹਨਾਂ ਵਿੱਚ ਜਿਹੜਾ ਵਧੀਆ ਜਿਹੜੇ ਵੱਡੇ ਸਟਾਰ ਖੇਡਣਗੇ ਜੇ ਪੈਂਡ ਪੱਤਰ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਰੀਡਰ ਖੇਡੂਗਾ ਜਾਂ ਦੋ ਰੀਡਰ ਖੇਡਣਗੇ ਉਹਦੇ ਵਿੱਚ ਵੀ ਸੱਦੇ ਹੋਏ ਜਿਹੜੇ ਹੁੰਦੇ ਆ ਤੇ ਖਾਸ ਕਰਕੇ ਉਹਦੇ ਵਿੱਚ ਕਬੱਡੀਆਂ ਬਹੁਤ ਘੱਟ ਮਿਲਦੀ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਤੁਸੀਂ ਪਿੰਡਾਂ ਦਾ ਪ੍ਰਾਲਾ ਸ਼ੁਰੂ ਕੀਤਾ ਆ ਇਹ ਬਹੁਤ ਵਧੀਆ ਆ ਜ ਸਾਡੇ ਪਿੰਡ ਵੀ ਉਹੀ ਆਉਣ ਤੇ ਇਹੇ ਵੱਡੇ ਹੋ ਕੇ ਅਸੀਂ ਅਗਲੇ ਸਾਲ ਦੇਖੀਏ ਕਿ ਬਿਲਕੁਲ ਇਹਨਾਂ ਤੋਂ ਹੀ ਵਧੀਆ ਮੁੰਡੇ ਨਿਕਲ ਕੇ ਆਉਣ ਉਹਦੇ ਨਾਲ ਹੀ ਇੱਕ ਜਿਹੜਾ ਤੁਸੀਂ ਤੁਹਾਣਾ ਗੱਲ ਗੱਲ ਹੋਈ ਆ ਕਿ ਸਾਡੇ ਇੱਕ ਬੱਚਾ ਕੁੜੀਆਂ ਦਾ ਮੈਚ ਕਦੋਂ ਤਾਂ ਕਿ ਸਾਡੇ ਪਿੰਡ ਦੀਆਂ ਬੀਬੀਆਂ ਵੀ ਇੱਥੇ ਦੇਖਣ। ਇਹਨਾਂ ਜਿਹੜੀਆਂ ਲੜਕੀਆਂ ਨੂੰ ਵੀ ਉਹ ਤਾਂ ਸ਼ਾਇਦ ਬਿਲਕੁਲ ਇਹ ਚਾਹੁੰਦੇ। ਬਿਲਕੁਲ ਤੁਹਾਡੇ ਪਿੰਡ ਦੀਆਂ ਲੜਕੀਆਂ ਪੜ੍ਹਦੀਆਂ ਇੱਥੇ ਹਾਈ ਸਕੂਲ। ਗਾਂ ਵੀ ਉਹਨਾਂ ਨੂੰ ਪਤਾ ਲੱਗੇ ਜਾਓ ਕੁੜੀਆਂ ਖੇਡਣ ਗਿਆ ਉਹ ਦੇਖਣ ਗਿਆ। ਗਾਂ ਉਹਦੇ ਵਿੱਚ ਇਦਾਂ ਹੁੰਦਾ ਇੱਛਾ ਤੋਂ ਹੋਣ ਗਿਆ ਉਹ ਵੀ ਖੇਡਣ ਗਿਆ। ਇਲਾਕਾ ਵਸੀਆਂ ਨੂੰ ਕੀ ਕਹਿਣਾ? ਇਲਾਕਾ ਵਸਤੀਆਂ ਨੂੰ ਅਸੀਂ ਚਾਹੁੰਦੇ ਆ ਪਰ ਜੇ ਬੇਨਤੀ ਕਰਦੇ ਪਿੰਡ ਕਾਂਗਰਾਈਆਂ ਵੱਲੋਂ ਕਿ ਬਹੁ ਮਾ ਮਾ ਕੇ ਪਹੁੰਚੋ 15 ਤਰੀਕ ਦਿਨ ਐਤਵਾਰ ਨੂੰ ਟੂਰਨਾਮੈਂਟ ਆਪਾਂ ਸਵੇਰੇ 10:00 ਵਜੇ ਸ਼ੁਰੂ ਕਰ ਦੇਣਾ ਆ। ਤੇ ਇਸ ਕਰਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਆਓ ਉਧਰ ਨੂੰ ਆਪਾਂ ਬਹੁਤ ਸਿਰਾਂ ਤੋਂ ਬਹੁਤ ਚਿਰਾਂ ਤੋਂ ਲਟਕਿਆ ਕੰਮ ਦੁਆਰਾ ਸ਼ੁਰੂ ਕਰੀਏ ਧੰਨਵਾਦ ਜੀ ਸੋ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਦੋਸਤੋ ਜਿਵੇਂ ਤੁਸੀਂ ਇਸ ਟੂਰਨਾਮੈਂਟ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਿ ਇਸ ਟੂਰਨਾਮੈਂਟ ਤੇ ਦੁਆਬਾ ਪਿੰਡੂ ਲੀਗ ਦੀਆਂ ਟੀਮਾਂ ਖੇਡਣਗੀਆਂ ਇਸ ਲੀਗ ਦਾ ਦੋਸਤੋ ਇਹ ਮਕਸਦ ਆ ਕਿ ਜਿਹੜੇ ਨਵੇਂ ਖਿਡਾਰੀ ਆ ਉਹ ਗਰਮੀਆਂ 'ਚ ਅਸੀਂ ਪਹਿਲਾਂ ਵੀ ਕਾਫੀ ਵਾਰ ਦੱਸ ਚੁੱਕੇ ਹਾਂ ਕਿ ਗਰਮੀਆਂ ਵਿੱਚ ਜਿਹੜੇ ਖਿਡਾਰੀਓ ਮਿਹਨਤ ਲਾਉਂਦੇ ਜਿਹੜੇ ਸਟਾਰ ਹੁੰਦੇ ਆ ਕੋਈ ਇੰਗਲੈਂਡ ਚਲੇ ਜਾਂਦਾ ਕੋਈ ਯੂਰਪ ਚਲੇ ਜਾਂਦਾ ਹੈ ਕੋਈ ਕੈਨੇਡਾ ਚਲੇ ਜਾਂਦਾ ਕੋਈ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਆਪੋ ਆਪਣੇ ਜਿਹੜੇ ਏ ਕਲਾਸ ਕੈਟਾਗਰੀ ਦੇ ਹੁੰਦੇ ਸਾਰੇ ਬਾਹਰ ਚਲੇ ਜਾਂਦੇ ਆ ਪਰ ਕਿਤੇ ਨਾ ਕਿਤੇ ਕੁਝ ਖਿਡਾਰੀ ਜਿਹੜੇ ਸਿਲੈਕਟ ਨਹੀਂ ਹੋਏ ਹੁੰਦੇ ਉਹ ਰਹਿ ਜਾਂਦੇ ਜਾਂ ਥੋੜੀ-ਮੋਟੀ ਇੰਜਰੀਆਂ ਕਰ ਉਹ ਉਹਨਾਂ ਦਿਨਾਂ ਚ ਵਿਦੇਸ਼ਾਂ ਵਿੱਚ ਨਹੀਂ ਜਾ ਪਾਉਂਦੇ ਜਾਂ ਫਿਰ ਉਹ ਖਿਡਾਰੀ ਹੁੰਦੇ ਨੇ ਜਿਹੜੇ ਆ ਕੇ ਕੈਂਪਾਂ ਦੇ ਵਿੱਚ ਮਿਹਨਤ ਲਾਉਂਦੇ ਪਰ ਉਹ ਕੈਂਪਾਂ ਦੀ ਮਿਹਨਤ ਜੇ ਲਾਈ ਹੋਵੇ ਉਹਨਾਂ ਦਾ ਕਿੰਨੀ ਇੱਕ ਕੈਟਾਗਰੀ ਦੀ ਮਿਹਨਤ ਉਹ ਨਹੀਂ ਲਾ ਲਈ ਆ ਕਿਹਸ ਲੈਵਲ ਤੱਕ ਪਹੁੰਚੇ ਆ ਉਹਨਾਂ ਨੂੰ ਵੀ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਜੋ ਆਉਣ ਵਾਲੇ ਜਿਹੜੇ ਆਪਣੇ ਸਰਦੀਆਂ ਦੇ ਟੂਰਨਾਮੈਂਟ ਉਹਨਾਂ ਵਿੱਚ ਆਪਣੀ ਵਧੀਆ ਪਰਫਾਰਮੈਂਸ ਕਰ ਸਕਣ। ਉਹਦੇ ਲਈ ਦੁਆਬਾ ਪਿੰਡੂ ਲੀਗ ਦੇ ਵਿੱਚ ਜਿਹੜੇ ਪੰਮਾ ਨਵਾਜੀਪੁਰਿਆ ਰਾਣਾ ਬਨਵਾਲੀਪੁਰ ਸ਼ਾਮਾ ਚਿੱਟੀ ਤੇ ਹੋਰ ਵੀ ਜਿਹੜੇ ਸਾਥੀ ਸਾਡੇ ਨੇ ਉਹਨਾਂ ਵੱਲੇ ਤਕਰੀਬਨ ਇਹ 8ਵਾਂ ਸੀਜ਼ਨ ਆ ਜਿਹੜਾ ਦੁਆਬਾ ਪਿੰਡੂ ਲੀਗ ਦਾ ਕਰਵਾਇਆ ਜਾ ਰਿਹਾ ਇਸ ਲੀਗ ਦੇ ਵਿੱਚ ਅਨੇਕਾਂ ਪਹਿਲਾਂ ਵੀ ਜਿਹੜੇ ਸਟਾਰ ਖੇਡ ਕੇ ਪੈਦਾ ਹੋਏ ਆ ਬਹੁਤ ਜਿਹੜੇ ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਮੱਲਾ ਮਾਰ ਰਹੇ ਆ ਉਹ ਮਕਸਦ ਲੀਗ ਨੂੰ ਇਹ ਆ ਕਿ ਜਿਹੜੇ ਉਹ ਨਵੇਂ ਖਿਡਾਰੀ ਆ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਟਾਈਮ ਦਿੱਤਾ ਜਾਵੇ ਤੇ ਜਿਆਦਾ ਤੋਂ ਜਿਆਦਾ ਮੈਚ ਖੜਾਏ ਜਾਣ ਤਾਂ ਜੋ ਉਹਨਾਂ ਦੀ ਖੇਡ ਵੱਧ ਤੋਂ ਵੱਧ ਨਿਖਰੇ ਜਿਹੜੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਹੜੇ ਪਿੰਡਾਂ ਦੇ ਆਲ ਓਪਨ ਦੇ ਟੂਰਨਾਮੈਂਟ ਹੁੰਦੇ ਆ ਜਿੱਥੇ ਸੱਦੀਆਂ ਹੋਈਆਂ ਟੀਮਾਂ ਹੁੰਦੀਆਂ ਉਹਨਾਂ ਵਿੱਚ ਬਹੁਤ ਵਧੀਆ ਨੂੰ ਪਲੇਅਰਾਂ ਨੂੰ ਮੌਕਾ ਨਹੀਂ ਮਿਲਦਾ ਤੇ ਜਿਹੜੇ ਪਿੰਡ ਪੱਦਰ ਹੁੰਦੇ ਆ ਉਹਦੇ ਵਿੱਚ ਤਕਰੀਬਨ ਕਮੇਟੀਆਂ ਵੱਲੋਂ ਟੀਮਾਂ ਜ਼ਿਆਦਾ ਹੋਣ ਦੇ ਕਾਰਨ 7-8 ਕਬੱਡੀਆਂ ਹੀ ਦਿੱਤੀਆਂ ਜਾਂਦੀਆਂ ਤੇ ਬਹੁਤ 플레이ਰਾਂ ਨੇ ਗਣਾ ਵੀ ਸਰੀਰ ਗਰਮ ਨਹੀਂ ਹੋਇਆ ਜਾਂ ਇਦਾਂ ਨਹੀਂ ਕਿ ਸਾਨੂੰ ਮੌਕਾ ਨਹੀਂ ਮਿਲਿਆ ਖੇਡਣ ਦਾ ਦੋਆਬਾ ਪਿੰਡੂ ਲੀਗ ਦਾ ਮਕਸਦ ਇਹ ਹੈ ਕਿ ਤਕਰੀਬਨ 15 ਤੋਂ 15 ਦਾ ਟਾਈਮ ਦਾ ਮੈਚ ਖੜਾਇਆ ਜਾਵੇ ਤਾਂ ਜੋ ਹਰੇਕ ਖਿਡਾਰੀ ਨੂੰ ਮੌਕਾ ਮਿਲੇ ਹਰੇਕ ਟੀਮ ਦੇ ਵਿੱਚ ਤਿੰਨ ਰੀਡਰ ਕਬੱਡੀਆਂ ਪਹੁੰਚ ਗਏ ਜਿਹਦੇ ਨਾਲ ਇਹ ਹੋਵੇਗਾ ਕਿ ਇੱਕ ਨਹੀਂ ਨਹੀਂ ਤਾਂ ਦੇਖਿਆ ਜਾਂਦਾ ਵੀ ਹਰ ਇੱਕ ਗੱਲ ਬਹੁਤ ਜਲਦੀ ਹੈ ਕਿ ਇੱਕ 플레이ਰ ਕਬੱਡੀ ਪਾ ਕੇ ਆਪਣੇ ਪੱਟਾਂ ਦਾ ਜਹੂਰ ਜਿਹਦੇ ਵਿੱਚ ਹੈਗਾ ਉਹ ਜਿੱਤ ਜਾਵੇਗਾ ਜੇ ਨੂੰ ਇਹ ਮੌਕਾ ਮਿਲ ਜਾਂਦਾ ਜਿਹੜਾ ਇੱਕ ਰੀਡਰ ਕਬੱਡੀਆਂ ਪਾਉਂਦਾ ਰਹਿੰਦਾ ਸਾਰਿਆਂ ਨੂੰ ਪਤਾ ਕਿ ਉਹ ਦੀ ਗੇਮ ਚਾਰਾਂ ਨਿਖਰਦੀ ਰਹਿੰਦੀ ਹੈ ਜੇ ਬਾਕੀ ਨੂੰ ਮੌਕਾ ਹੀ ਨਹੀਂ ਮਿਲੇਗਾ ਉਹ ਕਿੱਦਾਂ ਨਿਖਰਣਗੇ ਉਹ ਪਲੇਅਰ ਕੱਲ ਨੂੰ ਤਗੜਾ ਹੋ ਜਾਂਦਾ ਤੇ ਉਹ ਉਹਦੀ ਸਿਲੈਕਸ਼ਨ ਵੀ ਹੋ ਜਾਂਦੀ ਜਿਹੜੇ ਮਗਰਲੇ ਦੋ ਤਿੰਨ ਪਲੇਅਰ ਰੀਡਰ ਆ ਉਹਨਾਂ ਦੀ ਸਿਲੈਕਸ਼ਨਾਂ ਨਹੀਂ ਹੁੰਦੀਆਂ ਜਿਹਦੇ ਕਰਕੇ ਉਹ ਪਲੇਅਰ ਪਿੱਛੇ ਰਹਿ ਜਾਂਦੇ ਆ ਹੁਣ ਤੂੰ ਸਾਰਿਆਂ ਨੇ ਸੋਚਣ ਵਾਲੀ ਗੱਲ ਹੈ ਜਿਹੜਾ ਇੱਕ ਪਲੇਅਰ ਅੱਗੇ ਵੱਧ ਗਿਆ ਉਹ ਤਾਂ ਅੱਗੇ ਚਲੇ ਗਿਆ ਫਿਰ ਉਹ ਟੀਮ ਵੀ ਕੇ ਹੋਣੀ ਆ ਕਾਨੂੰ ਉਹ ਜਿਹੜੇ ਪਿਛਲੇ ਰੇਡਰ ਉਹਨਾਂ ਕੋਈ ਟ੍ਰੇਡ ਪਾਉਣ ਨੂੰ ਕਹੂਗੇ ਕਹਿੰਦਾ ਵੀ ਸਾਨੂੰ ਤਾਂ ਮੌਕਾ ਨਹੀਂ ਮਿਲਿਆ ਅਸੀਂ ਹੁਣ ਇੱਥੇ ਆ ਕੇ ਕੀ ਕਰੀਏ ਇਹ ਇਸ ਲੀਗ ਦਾ ਮਕਸਦ ਦੋਸਤੋ ਇਹੀ ਆ ਕਿ ਵੱਤ ਤੋਂ ਵੱਤ ਖਿਡਾਰੀਆਂ ਰੇਡਰਾਂ ਨੂੰ ਮੌਕਾ ਮਿਲੇ ਆਪਣੀ ਗੇਮ ਨੂੰ ਨਿਖਾਰਨ ਦਾ ਮੌਕਾ ਮਿਲੇ ਵੱਤ ਤੋਂ ਵੱਤ ਮੈਚ ਕਰਵਾਏ ਜਾਣ ਵੱਤ ਤੋਂ ਵੱਤ ਸਮੇਂ ਦਾ ਇਹ ਮੈਚ ਕਰਵਾਇਆ ਜਾਵੇ ਇਸ ਲੀਗ ਦਾ ਮਕਸਦ ਇਹ ਆ ਧੰਨਵਾਦ ਕਰਦੇ ਹਾਂ ਪਿੰਡ ਕੰਗਰਾਈਆਂ ਦੇ ਸਾਰੇ ਐਨ ਆਰ ਆਈ ਵੀਰਾਂ ਦਾ ਨਗਰ ਪੰਚਾਇਤ ਦਾ ਤੇ ਇਥੋਂ ਦੇ ਵਸਿੰਦੇ ਆ ਜਿਨ੍ਹਾਂ ਨੇ ਇਸ ਲੀਗ ਨੂੰ ਕਰਵਾਉਣ ਦੇ ਵਿੱਚ ਸਾਨੂੰ ਸੰਪਰਕ ਕੀਤਾ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਲਈ ਨੂੰ ਜਿਦਾ ਪਹਿਲਾ ਟੂਰਨਾਮੈਂਟ 8 ਸਾਲਾਂ ਤੋਂ ਸਾਥ ਦਿੱਤਾ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਧੰਨਵਾਦ